लगाया गया। कैंप में विभिन्न विभागों के अधिकारियों ने 250 से अधिक लोगों के सरकारी लाभ प्राप्त करने के आवेदनों का निपटारा किया। कैंप में पेंशन, जाति प्रमाण पत्र, बच्चों के लिए वजीफा, खाद्य आपूर्ति, राशन कार्ड, बिजली से संबंधी शिकायतों का निवारण किया गया। इस मौके पर लोगों ने खजूर साहिब इलाके के विधायक मनजिंदर सिंह लालपुर का आभार जताया। ਇਹਦਾ ਜੀ ਪੰਜਾਬ ਸਰਕਾਰ ਵੱਲੋਂ ਲਵਾਏ ਜਾ ਰਹੇ ਕੈਂਪ ਆਪਦੀ ਸਰਕਾਰ ਆਪਦੇ ਦੁਆਰ ਸਕੀਮ ਤਹਿਤ, ਇਹਦੇ ਵਿੱਚ ਜਿਸ ਤਰ੍ਹਾਂ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫੀਆ ਬਿਆਨ ਤਸਦੀਕ ਵਗੈਰਾ ਵਗੈਰਾ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜੀਫਾ, ਪੰਜਾਬ ਨਿਵਾਸ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਇਸ ਤਰ੍ਹਾਂ ਕਰਕੇ ਨਾ ਕੁੱਲ 44 ਜਿਹੜੀਆਂ ਸਕੀਮਾਂ ਵਾ। ਇਹ ਪਿਛਲੇ 15-20 ਦਿਨ ਤੋਂ ਸਰਕਾਰ ਤੁਹਾਡੇ ਦੁਆਰ ਕੈਂਪ ਚੱਲ ਰਿਹਾ ਜੀ, ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਸਰਟੀਫਿਕੇਟ ਬਣ ਰਹੇ ਆ, ਜਿਵੇਂ ਕਿ ਜਨਮ ਸਰਟੀਫਿਕੇਟ ਤੋਂ ਲੈ ਕੇ ਮੌਤ ਤੱਕ ਦੇ ਸਰਟੀਫਿਕੇਟ ਸਾਰੇ ਬਣ ਰਹੇ ਆ, ਜਿਵੇਂ ਕਿ ਆਮਦਨ ਵਾਲਾ ਸਰਟੀਫਿਕੇਟ ਬਣ ਰਿਹਾ, ਜਾਤੀ ਸਰਟੀਫਿਕੇਟ ਬਣ ਰਿਹਾ ਜਾਂ ਰਿਹਾਇਸ਼ੀ ਸਰਟੀਫਿਕੇਟ ਬਣ ਰਿਹਾ, ਇਸ ਤਰ੍ਹਾਂ ਦੀਆਂ 40 ਤੋਂ ਉੱਪਰ ਜਿਹੜੀਆਂ ਵਾ ਸਰਟੀਫਿਕੇਟ ਜਿੰਨੇ ਵੀ ਆ ਉਹ ਬਣ ਰਹੇ ਆ ਸਾਰੇ, ਅਤੇ ਸਾਰੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਹੋਏ ਆ, ਜਿਵੇਂ ਕਿ ਸੈਕਟਰੀ ਸਾਹਿਬ ਪਹੁੰਚੇ ਇੱਥੇ, BLO ਸਾਹਿਬ। ਸਰ ਜਿਹੜੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ ਜੀ, ਜਿਹਨਾਂ ਜਾਣੀ ਕਿ ਘਰ ਘਰ ਹਰ ਕਿਸੇ ਦਾ ਸਹੂਲਤਾਂ ਮਿਲਦੀਆਂ। ਬਾਕੀ ਚਲੋ ਜਿੱਦਾਂ ਵੀ ਆ, ਵੱਧ ਤੋਂ ਵੱਧ ਸੰਗਤ ਨੂੰ ਲਾਭ ਲੈਣਾ ਚਾਹੀਦਾ ਹੈ।